ਦੱਸਣਾ ਤੁਹਾਡੇ ਕੋਲ ਐਨੀਆਂ ਟਿਕਟਾਂ? ਮੈਨੂੰ ਟਿਕਟਾਂ ਇਕੱਠੀਆਂ ਕਰਨੀਆਂ ਬਹੁਤ ਚੰਗੀਆਂ ਲੱਗੀਆਂ ਹਨ। ਤੁਹਾਡੇ ਕੋਲ ਕਿੰਨੀਆਂ ਟਿਕਟਾਂ ਹਨ? ਮੇਰੇ ਕੋਲ 74 ਟਿਕਟਾਂ ਸੀ। ਮੈਂ 30 ਟਿਕਟਾਂ ਸਿੱਪੀ ਨੂੰ ਦੇ ਦਿੱਤੀਆਂ ਸਨ। ਇਸ ਦਾ ਮਤਲਬ 30 ਟਿਕਟਾਂ ਕੱਟ ਗਈਆਂ। ਹੁਣ ਕਿੰਨੀਆਂ ਟਿਕਟਾਂ ਰਹਿ ਗਈਆਂ? ਚਲੋ ਘਟਾ ਕੇ ਦੇਖੀਏ। ਮੈਂ ਕਾਪੀ ਪੈਨਸਲ ਲੈ ਕੇ ਆਉਂਦਾ ਹਾਂ। ਇਸ ਦੀ ਜ਼ਰੂਰਤ ਨਹੀਂ, ਆਪਾਂ ਸੌਖੇ ਤਰੀਕੇ ਨਾਲ ਹੀ ਘਟਾ ਲੈਂਦੇ ਹਾਂ। ਉਹ ਕਿਵੇਂ? ਅਸੀਂ 10-10 ਕਰਕੇ ਘਟਾ ਲੈਂਦੇ ਹਾਂ। 30 ਨੂੰ ਅਸੀਂ 3 ਭਾਗਾਂ ਵਿੱਚ ਵੰਡਾਂਗੇ। ਇਸ ਤਰ੍ਹਾਂ 74 ਵਿੱਚੋਂ 10 ਘਟਾਏ ਰਹਿ ਗਏ 64, 64 ਵਿੱਚੋਂ 10 ਘਟਾਏ ਰਹਿ ਗਏ 54, 54 ਵਿੱਚੋਂ 10 ਘਟਾਏ ਰਹਿ ਗਏ 44, 74 ਘਟਾਓ 30 ਬਰਾਬਰ ਹੈ 44। ਵਾਹ ਬਈ ਵਾਹ, ਇਹ ਤਾਂ ਬਹੁਤ ਸੌਖਾ ਤਰੀਕਾ ਹੈ। ਚਲੋ ਆਪਾਂ ਵੀ ਕੁਝ ਹੋਰ ਸੰਖਿਆਵਾਂ ਘਟਾ ਕੇ ਦੇਖਦੇ ਹਾਂ। ਹਾਂਜੀ ਅਵਨੀਤ ਵੀਰ ਜੀ, ਬਹੁਤ ਮਜ਼ਾ ਆਵੇਗਾ ਸੰਖਿਆਵਾਂ ਸੋਚੋ ਬਈ। 57 ਘਟਾਓ ਬਾਈ। ਅਸੀਂ 57 ਵਿੱਚੋਂ 22 ਘਟਾਉਣੇ ਹਨ। ਅਸੀਂ 10-10 ਕਰਕੇ ਘਟਾਵਾਂਗੇ। ਪਰ ਅਸਲ 10 ਜੋੜ 10 ਤਾਂ 20 ਹੁੰਦਾ ਹੈ। ਕੋਈ ਗੱਲ ਨਹੀਂ ਅਵਨੀਤ, ਆਪਾਂ 22 ਨੂੰ 3 ਭਾਗਾਂ ਵਿੱਚ ਵੰਡ ਲਵਾਂਗੇ। ਇਸ ਤਰ੍ਹਾਂ ਆਪਾਂ ਪਹਿਲੇ 57 ਵਿੱਚੋਂ 10 ਘਟਾਵਾਂਗੇ, ਫਿਰ 10 ਘਟਾਵਾਂਗੇ, ਫਿਰ 2 ਘਟਾਵਾਂਗੇ। ਦੇਖੋ ਇਸ ਤਰ੍ਹਾਂ ਕਿੰਨਾ ਸੌਖਾ ਪਿਆ। 57 ਵਿੱਚੋਂ 10 ਘਟਾਏ, ਰਹਿ ਗਏ 47, 47 ਵਿੱਚੋਂ 10 ਘਟਾਏ, ਹੋ ਗਏ 37, 37 ਵਿੱਚੋਂ 2 ਘਟਾਏ, ਰਹਿ ਗਏ 35। ਚਲੋ ਅਵਨੀਤ ਵੀਰ ਜੀ, ਹੁਣ ਆਪਾਂ ਹੋਰ ਕਰਕੇ ਦੇਖੀਏ। ਠੀਕ ਹੈ ਸਿੱਪੀ, ਸੰਖਿਆਵਾਂ ਬੋਲ। 63 ਘਟਾਓ 46। ਹਾਂ ਸਿੱਪੀ, ਹੁਣ 46 ਨੂੰ ਅਸੀਂ ਇਸ ਤਰ੍ਹਾਂ 5 ਭਾਗਾਂ ਵਿੱਚ ਵੰਡਾਂਗੇ। 63 ਵਿੱਚੋਂ 10 ਘਟਾਏ, ਰਹਿ ਗਏ 53, 53 ਵਿੱਚੋਂ 10 ਘਟਾਏ, ਰਹਿ ਗਏ 43, 43 ਵਿੱਚੋਂ 10 ਘਟਾਏ, ਰਹਿ ਗਏ 33, 33 ਵਿੱਚੋਂ 10 ਘਟਾਏ, ਰਹਿ ਗਏ 23, 23 ਵਿੱਚੋਂ 6 ਘਟਾਏ, ਰਹਿ ਗਏ 17। ਇਸ ਤਰ੍ਹਾਂ 63 ਘਟਾਓ 46 ਬਰਾਬਰ ਹੈ 17। ਸ਼ਾਬਾਸ਼ ਸਿੱਪੀ, ਮੈਨੂੰ ਤਾਂ ਘਟਾਓ ਕਰਨੀ ਬਹੁਤ ਸੌਖੀ ਲੱਗਣ ਲੱਗ ਪਈ ਹੈ।